ਜਿਉਂਦਾ ਨਹੀਂ ਮਨ ਦੇ ਲੈਵਲ 'ਤੇ ਕੋਈ, ਮਨ ਦੇ ਲੈਵਲ ਦਾ ਝੂਠਾ ਜੀਵਨ, ਆਹ ਜੀਵਨ ਹੈ ਮਨ ਦੇ ਲੈਵਲ ਦਾ ਸਰੀਰ ਵਾਲਾ। ਮਨ ਦੇ ਲੈਵਲ ਦਾ ਜਿਹੜਾ ਜੀਵਨ ਹੈ ਸਰੀਰ, ਇੱਥੇ ਸੁਪਨੇ ਦਾ ਜੀਵਨ, ਮਨ ਦੇ ਲੈਵਲ ਦਾ ਜੀਵਨ ਸੁਪਨੇ ਦਾ ਜੀਵਨ ਹੈ ਕੇਵਲ। ਮਨ ਸੁਪਨੇ 'ਚ ਇੰਡੀਪੈਂਡੈਂਟ ਹੁੰਦਾ ਨਹੀਂ ਤਾਂ ਇੰਡੀਪੈਂਡੈਂਟ ਹੈ ਜੀ, ਬਵਾਸੀ ਰਾਜਾ ਹੋਣੇ ਆ ਨਾ, ਬਵਾਸੀ ਰਾਜਾ ਕਿੱਥੇ ਹੁਣ ਬਵਾਸੀ ਇੰਡੀਪੈਂਡੈਂਟ ਹੁੰਦਾ ਨਾ, ਆਪਣੇ ਆਪ ਨੂੰ ਸਮਝਦਾ ਹੁੰਦਾ ਚਾਹੇ ਇੰਡੀਪੈਂਡੈਂਟ ਨਹੀਂ ਹੁੰਦਾ, ਮਨ ਤਾਂ ਹੁੰਦਾ ਬਾਕੀ ਹੈ, ਡਕੈਤ ਹੈ ਬਾਕੀ ਹੈ, ਇਹ ਤਾਂ ਬਾਕੀ ਹੈ ਡਕੈਤ ਹੈ, ਸਾਰੇ ਕਾਨੂੰਨ ਤੋੜਦਾ, ਸਰਕਾਰ ਦਾ ਕਾਨੂੰਨ ਨਹੀਂ ਮੰਨਦਾ, ਪਹਾੜਾਂ ਨਹੀਂ ਮੰਨਦਾ, ਇਹ ਬਾਕੀ ਹੈ, ਬਾਕੀ ਨਹੀਂ ਕਾਨੂੰਨ ਮੰਨਦੇ ਹੁੰਦੇ ਸਰਕਾਰ ਦਾ, ਆਕੀ ਹੈ ਤਲਬਾ ਪੋਸਣ, ਆਕੀਆਂ ਆਕੀਆਂ ਦਰਬਾਰ ਤੋਂ ਦਰਗਾਹ ਤੋਂ ਆਕੀ ਕਰਦਾ ਸੁਪਨੇ ਕਰਕੇ ਆਕੀ ਹੋਇਆ, ਭਾਵੇਂ ਆਕੀ ਹੈ ਨਹੀਂ ਰਹਿਣਾ ਵਿੱਚ ਹੀ ਹੈ, ਪਰ ਆਕੀ ਮੰਨਦਾ ਆਪਣੇ ਆਪ, ਜੋ ਡਕੈਤ ਚਾਹੁੰਦਾ ਸਭ ਕੁਛ ਕਰ ਨਹੀਂ ਸਕਦਾ, ਚਾਹੁੰਦਾ ਤਾਂ ਬਹੁਤ ਕੁਛ ਕਰ ਨਹੀਂ ਸਕਦਾ, ਜੋ ਮਨ ਚਾਹੁੰਦਾ ਕਰ ਨਹੀਂ ਸਕਦਾ ਸਭ ਕੁਛ, ਫਿਰ ਵੀ ਆਕੀ ਹੈ, ਆਕੀ ਤਾਂ ਹੈ, ਮਨ ਦਾ ਨਾ ਕਰ ਸਕਦਾ ਮੈਂ ਉਹ ਵੀ ਕਰ ਲੂੰ, ਉਹ ਕਰ ਦਿੱਤਾ ਮੈਂ, ਫਲਾਣ ਤੁਹਾਡਾ ਕੰਮ ਮਾਰ ਲਿਆ, ਇਹ ਹੋ ਲਿਆ, ਉਹ ਹੋ ਲਿਆ, ਫਲਾਣ ਮਹੀਨੇ ਬੰਦੇ ਮਾਰਤੇ, ਮਨ ਦਾ ਸਹਿਜ ਭਾਏ ਮਿਲੀਏ ਸੁੱਖ ਹੋਵੇ, ਸਹਿਜ ਦੇ ਵਿੱਚ ਮਿਲਿਆ ਹੋਇਆ ਹੁੰਦਾ, ਇੱਕ ਹੁੰਦਾ ਸਹਿਜ, ਸਹਿਜ ਦੀ ਜੇ ਭੁੱਖ ਅਵਸਥਾ ਹੈ ਫਿਰ ਇਹ ਸਾਫ ਸੁਰਤ ਹੈ ਜਾਗ ਗਿਆ, ਸੋ ਇਹ ਸੁਪਨਾ ਹੈ ਨਹੀਂ, ਸੁਪਨੇ ਕਰਕੇ ਹੀ ਦੋ ਹੈ, ਸਹਿਜ ਵਿੱਚ ਦੋ ਨਹੀਂ, ਇਸ ਕਰਕੇ ਸਮਾਧ ਸੁਰਨ ਸਮਾਧ ਲੱਗਦੀ ਹੋਈ ਨਹੀਂ, ਸੁਰਨ ਸਮਾਧ ਹੁੰਦੀ ਹੈ ਡੈਡ, ਬੇਹੋਸ਼ੀ ਦੀ ਸਮਾਧ, ਬੇਹੋਸ਼ ਨਹੀਂ ਹੋਣਾ, ਬਾਹੋਸ਼ ਹੋਣਾ, ਬਾਹੋਸ਼ੀ ਦੀ ਸਮਾਧ ਚਾਹੀਦੀ ਹੈ, ਬੈਠਾ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਰਹੀ ਹੈ ਸੁੱਤਾ ਪਿਆ, ਉਹਨੂੰ ਕੀ ਪਤਾ ਪਾਰਲੀਮੈਂਟ 'ਚ ਕੀ ਹੋ ਰਿਹਾ, ਜੇ ਉਹਨਾਂ ਨੇ ਕਿਹਾ ਵੋਟਾਂ ਪਾਓ ਹੱਥ ਖੜੇ ਕਰੋ, ਉਹਨਾਂ ਦਾ ਕਰਨਾ ਹੀ ਨਹੀਂ, ਉਹ ਤਾਂ ਬੈਠਾ ਨਾ ਬੈਠਾ ਬਰਾਬਰ ਹੈ ਵਿੱਚ, ਕੋਈ ਰਾਇ ਨਹੀਂ ਦੇ ਰਿਹਾ, ਹਾਜ਼ਰ ਹੁੰਦਾ ਹੋਇਆ ਵੀ ਗੈਰ ਹਾਜ਼ਰ ਉੱਥੇ, ਇਹ ਜਾਗੂਗਾ ਫਿਰ ਸਭਨਾਂ ਦੇ ਵਿੱਚ ਰਲਿਆ ਹੈ, ਰਾਇ ਵੀ ਦਊਗਾ, ਸੁਣੂਗਾ ਵੀ, ਕੁਛ ਸੁਣੂਗਾ ਵੀ, ਕੁਛ ਕਹੂਗਾ ਵੀ, ਜੇ ਰਹੀਏ ਜਿਹਨਾਂ 'ਚ ਰਹਿੰਦਾ ਹੈ ਹੋਸ਼ ਵਿੱਚ ਰਹਿੰਦਾ, ਜਬ ਲਗ ਦੁਨੀਆ ਰਹੀ ਹੈ ਨਾਨਕ ਕੁਛ ਕੁਛ ਸੁਣੀਏ ਕੁਛ, ਸੱਚਖੰਡ ਦੇ ਵਿੱਚ ਵੀ ਜੇ ਰਹੂਗਾ ਤਾਂ ਹੀ ਕੁਛ ਸੁਣੂਗਾ ਕੁਛ ਕਹੂਗਾ, ਜੇ ਦੁਨੀਆਂ 'ਚ ਰਹੂਗਾ ਤਾਂ ਹੀ ਕੁਛ ਸੁਣੂਗਾ ਕੁਛ ਕਹੂਗਾ, ਜਾਂ ਦੁਨੀਆਂ 'ਚ ਹੈ ਹੀ ਨਹੀਂ ਤਾਂ ਕਹੂਗਾ ਕੀ, ਸੁਣੂਗਾ ਕੀ, ਕੌਮੇ ਦੇ ਵਿੱਚ ਪਿਆ ਦੁਨੀਆਂ ਵਿੱਚ ਹੈ ਨਹੀਂ, ਨਾ ਕੋਈ ਸੁਣ ਸਕਦਾ ਨਾ ਕੋਈ ਕਹਿ ਸਕਦਾ, ਸੁੱਤੇ ਪਏ ਵਾਲਾ ਜੀਵਨ ਕੱਢ ਦਿੱਤਾ ਭਗਤੀ ਦੇ ਵਿੱਚੋਂ, ਜਦ ਦੁਨੀਆਂ ਰਹੀ ਹੈ ਨਾਨਕ ਹੈ, ਕੌਮੇ ਵਾਲਾ ਦੁਨੀਆਂ ਦੇ ਵਿੱਚ ਹੁੰਦਾ ਹੋਇਆ ਦੁਨੀਆਂ ਵਿੱਚ ਹੈ, ਕੀ ਸੁਣੂਗਾ ਕੀ ਕਹੂਗਾ, ਉਹਨਾਂ ਉਹਨਾਂ ਟਾਈਮ ਹੈ ਕੋਈ ਸੁਣੇ ਕੁਛ ਕਹੀ ਹੋਇਆ, ਜਿਹਨਾਂ 'ਚ ਸੰਪਰਕ ਦੁਨੀਆਂ ਨਾਲ ਬਣਿਆ ਹੋਇਆ, ਸੱਚਖੰਡ ਦੇ ਵਿੱਚ ਤੋਏ ਗੈਰ ਹਾਜ਼ਰ ਹੈ, ਉੱਥੋਂ ਸੁੱਤਾ ਹੋਇਆ ਇੱਥੇ ਜਾਗਦਾ ਹੈ ਜਿਹੜਾ ਚਿੱਤ ਹੈ, ਮਨ ਇੱਥੇ ਸੁੱਤਾ ਹੋਇਆ, ਮਨ ਇੱਥੇ ਸੁੱਤਾ ਹੋਇਆ, ਮਨ ਨੇ ਆਹ ਸੁਪਨਾ ਹੋਰ ਸ਼ੁਰੂ ਕਰ ਲਿਆ, ਆਹ ਸੁਪਨਾ ਜਿਹੜਾ ਜੀਵਨ ਦਾ ਇਹ ਉਹਦਾ ਮਨ ਦੇਖ ਰਿਹਾ ਸੁੱਤੇ ਹੋਏ ਦਾ, ਸੁੱਤਾ ਕੌਣ ਪਿਆ ਨਰਪਤ, ਮਨ ਕੀ ਦੇਖ ਰਿਹਾ ਸੁਪਨਾ, ਮਨ ਦੇ ਲੈਵਲ 'ਤੇ ਜਾਗਦਾ ਜਿੰਨਾ ਜਿਵੇਂ ਅਸੀਂ ਸੁਪਨੇ ਦੇ ਲੈਵਲ 'ਤੇ ਜਾਗਦੇ ਹੁੰਦੇ ਹਾਂ, ਕੌਣ ਜਾਗਦਾ ਅੰਦਰਲਾ ਜਾਗਦਾ ਜਿਹੜਾ ਹਾਰਟ ਚਲਾ ਰਿਹਾ, ਜਿਉਂਦਾ ਹੈਗਾ ਜਾਗਦਾ ਨਹੀਂ, ਉਹ ਜਿਉਂਦਾ ਹੈਗਾ ਜਾਗਦਾ ਨਹੀਂ ਹੈ,
ਮਰਦਾ ਤਾਂ ਹੁੰਦਾ ਹੀ ਨਹੀਂ। ਇਸ ਕਰਕੇ ਮਨ ਦੇ ਮਰਨ ਦੀ ਗੱਲ ਕੀਤੀ ਹੈ, ਉਹਦੇ ਮਰਨ ਦੀ ਗੱਲ ਨਹੀਂ ਕੀਤੀ। ਮਨ ਨੂੰ ਤਾਂ ਮਰਨ ਨੂੰ ਗੱਲ ਕੀਤੀ ਹੈ। ਮਨ ਵੀ ਕਿਹੜਾ ਮਰਦਾ? ਮਰਦਾ ਮਨ, ਮਨ ਮਰਦਾ ਹੈ, ਪਰ ਕਿਹੜਾ ਮਨ ਮਰਦਾ ਸਵਾਲ ਇਹ। ਮਨ ਮਰਨ ਦੀ ਗੱਲ ਚੱਲਦੀ ਹੈ ਨਾ, ਨਾਲੇ ਕਹਿੰਦੇ ਨੇ ਨਾ ਇਹ ਮਰੇ ਨਾ ਮਰਨੇ ਜੋ। ਨਾਲੇ ਕਹਿੰਦੇ ਨੇ ਮਨ ਮਰਦਾ ਨਹੀਂ, ਨਾਲੇ ਕਹਿੰਦੇ ਨੇ ਮਨ ਮਰਦਾ। ਇਹ ਸਵਾਲ ਦਾ ਕੀ ਜਵਾਬ ਹੈ? ਜਿਹੜਾ ਮਨ ਪੈਦਾ ਹੋਇਆ ਹੋਇਆ ਉਹ ਮਰਦਾ, ਜੋ ਉਪਜਿਓ ਜਿਹੜਾ ਸੁਪਨੇ ਚ ਮਨ ਪੈਦਾ ਹੋਇਆ ਸੁਪਨਾ ਦੇਖਦਾ ਉਹਨੇ ਮਰਨਾ। ਇਹ ਸੁਪਨੇ ਚ ਸੁਪਨਾ ਪੈਦਾ ਹੋਇਆ ਹੋਇਆ, ਇੱਕ ਸੁਪਨੇ ਚ ਮਨ ਪੈਦਾ ਹੋਇਆ ਹੋਇਆ, ਜਿਵੇਂ ਸੁਪਨਾ ਆਪਾਂ ਦੇਖਦੇ ਹਾਂ ਅਸਲੀ ਸਰੀਰ ਪਿਆ, ਇੱਕ ਸਰੀਰ ਤੁਰਿਆ ਵੀ ਫਿਰਦਾ, ਉਹ ਜਿਹੜਾ ਪੈਦਾ ਹੋਇਆ ਉਸੇ ਨੇ ਮਰਨਾ। ਜਿੰਨਾ ਚਿਰ ਸੁਪਨਾ ਸਰੀਰ ਕਾਇਮ ਹੈ ਜਾਂ ਸੁਪਨਾ ਖਤਮ ਹੋਇਆ ਸਰੀਰ ਕਿੱਥੇ ਗਿਆ? ਉਹ ਫਰਜ਼ੀ ਸਰੀਰ ਹੈ, ਫਰਜ਼ੀ, ਉਹ ਫਰਜ਼ੀ ਸਰੀਰ ਨਹੀਂ ਮਰਨਾ। ਇਹ ਮਨ ਵੀ ਫਰਜ਼ੀ ਹੋਇਆ, ਅਸਲੀ ਮਨ ਤਾਂ ਅੰਦਰ ਹੈ, ਇਹ ਤਾਂ ਫਰਜ਼ੀ ਹੈ, ਇਹਨੇ ਮਰਨਾ। ਉਹਨੇ ਬਸ ਜਦ ਇਹਨੇ ਮਰ ਜਾਣਾ ਇੱਕ ਹੋ ਜਾਣਾ, ਸਾਬਤ ਹੋ ਜਾਣਾ। ਜੋ ਥੋੜ੍ਹੀ ਬਹੁਤੀ ਚੇਤਨਾ ਸੰਪਰਕ ਕਰਦੀ ਸੀ ਨਾ ਦਿਮਾਗ 'ਚ ਰਾਤ ਨੂੰ ਸੁੱਤੇ ਪਏ ਸੀ, ਉਹ ਵਾਪਸ ਆ ਗਈ ਇੱਥੇ ਹੀ। ਦੁਨੀਆ ਵਰ ਗਈ, ਸਭ ਕੁਛ ਹੋ ਗਿਆ, ਖਤਮ ਹੋ ਗਈ ਕਹਾਣੀ, ਜਿਹੜੀ ਸੁਪਨੇ ਵਾਲੀ ਕਹਾਣੀ ਸੀ ਖਤਮ। ਜਿਹੜਾ ਮਨ ਪੈਦਾ ਹੋਇਆ ਸੀ ਨਾ ਦੁਆਪਰ 'ਚ, ਉਹੀ ਮਰਿਆ ਵਾਪਸ ਆ ਗਿਆ ਤ੍ਰੇਤੇ ਦੀ ਅਵਸਥਾ 'ਚ, ਪਰ ਆ ਗਿਆ ਪੂਰਾ ਹੋ ਕੇ। ਹੁਣ ਉਦੋਂ ਪੂਰਾ ਨਹੀਂ ਸੀ, ਉਦੋਂ ਭਰਮ ਵਿੱਚ ਘੇਰਿਆ ਆਇਆ ਸੀ, ਭਰਮ ਦਾ ਨਾਸ ਹੋ ਕੇ ਜਦ ਪੂਰਾ ਹੋਇਆ, ਅਸਲ ਸਭ ਸੂਰਤ ਜਗ ਹੋਇਆ ਹੈ। ਅਵਸਥਾ ਤ੍ਰੇਤੇ ਦੀ, ਉਹ ਸਤ ਸੰਤੋਖੀ ਦੀ ਅਵਸਥਾ, ਤ੍ਰੇਤੇ ਦੀ ਅਵਸਥਾ। ਪਰ ਉੱਥੇ ਭਰਮ ਤੋਂ ਰਹਿਤ ਹੈ, ਪਹਿਲਾਂ ਭਰਮ ਦੇ ਵਿੱਚ ਸੀ, ਲੈ ਕੇ ਭਰਮ ਆਇਆ ਸੀ। ਭਰਮ ਕਿੰਨਾ ਕੁ ਰਹਿ ਗਿਆ? ਬਿਲਕੁਲ ਇੱਕ ਬਹੁਤ ਮਾਮੂਲੀ ਪੜਦਾ ਰਹਿ ਗਿਆ ਭਰਮ, ਕਿੰਨਾ ਕੁ ਭੀਰੀ ਦੇ ਪੱਥ ਜਦੋਂ, ਬਸ ਉਹ ਪੜਦਾ ਪੜਦਾ ਹੈਗਾ ਸੰਤੋਖੀ ਕੋਲ, ਉਹ ਪੜਦਾ ਇਨਾਮ ਨਾਲ ਦੂਰ ਹੋਣਾ। ਉਹਨੂੰ ਬੱਜਰ ਕਪਾਟ ਕਹਿੰਦੇ ਨੇ, ਬੱਜਰ ਕਪਾਟ। ਉਹ ਜਿਹੜਾ ਬੱਜਰ ਕਪਾਟ ਹੈ ਨਾ, ਉਹ ਹੈ ਬੱਜਰ ਨਹੀਂ ਹੈ, ਬਜ਼ਾਰ ਹੈ ਅਸਲ 'ਚ। ਬਜ਼ਰ, ਜਰ ਨਾਲ ਬੱਬਾ ਨੈਗੇਟਿਵ ਲੱਗਿਆ ਹੈ, ਇਹਨਾਂ ਨੇ ਬੱਜਰ ਬਣਾਤਾ। ਯਾਨੀ ਉਹ ਆਪੇ ਪੁਰਾਣਾ ਹੋ ਕੇ ਨਹੀਂ ਨਾਸ ਹੁੰਦਾ, ਭਰਮ ਪੁਰਾਣਾ ਹੋ ਕੇ ਨਾਸ ਨਹੀਂ ਹੁੰਦਾ ਹੁੰਦਾ। ਇਹ ਅਜਰਬੀ ਹੈ, ਅਜਰਬੀ ਕਹਿੰਦੇ ਨੇ, ਬਜ਼ਰ ਵੀ ਕਹਿੰਦੇ ਨੇ।